ਬੱਲੇ 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 ਮੁੰਡੋ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਵਾਲੇਕਮ। ਕੀ ਹਾਲ ਚਾਲ ਆ ਦੋਸਤੋ, ਸੈੱਟ ਹੋ? ਹੋਪ ਤੁਸੀਂ ਸਾਰੇ ਠੀਕ ਹੋਵੋਗੇ ਬਾਈ, ਕਿਉਂਕਿ ਆਪਾਂ ਤਾਂ ਕੈਮ ਆ ਬਾਈ। ਆਪਣਾ ਡਰਾਈਵਰ ਜੱਟ ਵੀ ਪੂਰਾ ਕੈਮ ਆ, ਫਿਲਹਾਲ ਤਾਂ ਪੂਰੇ ਕੈਮ ਆ, ਪਰ ਜਦੋਂ ਵੀ ਮੈਂ ਬਾਈ ਵੀਡੀਓ ਬਣਾਉਣੀ ਸਟਾਰਟ ਕਰਦਾ ਨਾ, ਅਤੇ ਆਹ ਜਿਹੜਾ ਫੌਜੀਆਂ ਦਾ ਜਹਾਜ਼ ਆ, ਇਹਨੇ ਆਪਣੇ ਉੱਪਰ ਦੀ ਲੰਘਣਾ, ਪਰ ਪਤਾ ਨਹੀਂ ਕਿਉਂ, ਪਰ ਬਚ ਗਏ ਆਪਾਂ। ਆਪਣੇ ਤਾਂ ਡਿੱਗਿਆ ਨਹੀਂ, ਕਿਉਂਕਿ ਤੁਹਾਨੂੰ ਵੀ ਪਤਾ ਸ਼ਹਿਰ 'ਚ ਜਹਾਜ਼ ਬਹੁਤ ਡਿੱਗਦੇ ਅੱਜ ਕੱਲ੍ਹ। ਪਰ ਉਹ ਗੱਲਾਂ ਦੀਆਂ ਗੱਲਾਂ ਛੱਡੋ ਬਾਈ, ਮੈਂ ਤੁਹਾਨੂੰ ਯਾਦ ਕਰਾਦਾ ਆਪਾਂ ਪਿਛਲੇ ਐਪੀਸੋਡ 'ਚ ਕੀ ਕੀਤਾ ਸੀ, ਕਿਹਨੂੰ ਯਾਦ? ਅਤੇ ਮੈਂ ਇੱਥੇ ਆ ਪੈਟਰੋਲ ਪੰਪ 'ਤੇ ਕੀ ਕਰਦਾ ਪਿਆ, ਦੱਸੋ ਕਿਹਨੂੰ ਯਾਦ? ਕਿਸੇ ਨੂੰ ਨਹੀਂ ਯਾਦ। ਸ਼ਾਬਾਸ਼ ਮੁੰਡਿਓ, ਸ਼ਾਬਾਸ਼, ਕਿਉਂਕਿ ਤੁਸੀਂ ਪਿਛਲਾ ਐਪੀਸੋਡ ਦੇਖਿਆ ਹੀ ਨਹੀਂ ਮੈਨੂੰ ਲੱਗਦਾ, ਅਤੇ ਜਿਨ੍ਹਾਂ ਨੇ ਨਹੀਂ ਦੇਖਿਆ ਬਾਈ ਜਾ ਕੇ ਦੇਖ ਕੇ ਆਓ। ਅਤੇ ਆਹ ਕੀ ਹੋ, ਗੱਡੀ ਚੋਰੀ ਕਰਕੇ ਲੈ ਗਿਆ ਜੀਪ, ਇਹਦੀ ਆਪਣੀ ਆ। ਤਾਂ ਲਓ ਬਾਈ, ਮੈਂ ਤੁਹਾਨੂੰ ਯਾਦ ਕਰਦਾ, ਪਿਛਲੇ ਐਪੀਸੋਡ ਵਿੱਚ ਆਪਾਂ ਆਏ ਸੀ ਫਰੈਂਕਲੀ, ਚੋਰੀ ਕਰਕੇ ਲੈ ਗਿਆ ਪ੍ਰਧਾਨ, ਚੋਰੀ ਕਰਕੇ ਲੈ ਗਿਆ ਬਾਈ, ਚੋਰੀ 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 ਚੋਰੀ। ਇਹ ਨਹੀਂ ਬਚਦਾ, ਇਹ ਨਹੀਂ ਬਚਦਾ, ਜੀਪ ਚੋਰੀ ਕਰਕੇ ਲੈ ਕੇ ਗਿਆ ਬਾਈ। ਮੈਂ ਵੀ ਕਹਾਂ ਇੱਦਾਂ ਤਾਂ ਹੋ ਨਹੀਂ ਸਕਦਾ। ਚਲੋ ਛੱਡੋ ਬਾਈ, ਚਲੋ ਯਾਰ, ਬਹੁਤ ਹੋ ਗਈਆਂ ਕਲੋਲਾਂ। ਅਤੇ ਤੁਹਾਨੂੰ ਮੈਂ ਦੱਸਦਾ ਪਿਛਲੇ ਐਪੀਸੋਡ ਵਿੱਚ ਜਿਹਨੇ ਨਹੀਂ ਦੇਖਿਆ, ਕਿਉਂਕਿ ਬਾਈ ਪਿਛਲੇ ਐਪੀਸੋਡ ਵਿੱਚ ਤੁਹਾਨੂੰ ਪਤਾ ਗਾ ਆਪਾਂ ਆਏ ਸੀ ਫਰੈਂਕਲੀ ਜੱਟ ਦੇ ਖੇਤ ਵਿੱਚ, ਅਤੇ ਆਪਣੀ ਰੇਂਜ ਰੋਵਰ ਦਾ ਤੇਲ ਮੁੱਕ ਗਿਆ ਸੀ। ਅਤੇ ਇਸ ਟਾਈਮ ਮੈਂ ਪੈਟਰੋਲ ਪੰਪ 'ਤੇ ਖੜਾ ਬਾਈ, ਕਿਉਂਕਿ ਤੇਲ ਆਪਾਂ ਇੱਥੋਂ ਫੁੱਲ ਕਰਾ ਲੈਣਾ ਹੁਣ, ਅਤੇ ਤੇਲ ਫੁੱਲ ਕਰਾ ਕੇ ਫਿਰ ਆਪਾਂ ਉਹਦੇ ਟਰੈਕਟਰ ਨਾਲ ਟੋਚਣ ਮੁਕਾਬਲਾ ਕਰਨਾ। ਤੇਲ ਹੋ ਗਿਆ ਫੁੱਲ ਬਾਈ, ਅਤੇ ਫਰੈਂਕਲੀ ਜੱਟ ਦੇ ਕੋਲ ਜਿਹੜਾ ਟਰੈਕਟਰ ਆ ਬਾਈ 3630, ਉਹਦੇ ਨਾਲ ਆਪਾਂ ਟੋਚਣ ਮੁਕਾਬਲਾ ਕਰਨਾ, ਤੁਹਾਨੂੰ ਵੀ ਪਤਾ। ਅਤੇ ਮੈਂ ਆਪਣੀ ਬਾਈ ਰੇਂਜ ਰੋਵਰ ਦੀ ਪੂਰੀ ਉਹ ਵੀ ਖੋਲ੍ਹ ਲਈ ਆ ਸਪੀਡ, ਉਹ ਕਿਵੇਂ ਇੱਧਰ ਵੇਖਿਓ, ਇੱਦਾਂ ਮੰਨਦੇ ਹਾਂ, ਮਤਲਬ ਆਪਾਂ ਪੂਰੀ ਇਹ 'ਚ ਜਾਣ ਜੂਣ ਪਵਾ ਲਈ ਆ, ਕਿਉਂਕਿ ਆਪਾਂ ਹਰਨਾ ਨਹੀਂ ਉਹ ਟਰੈਕਟਰ ਤੋਂ, ਪਰ ਉਹਦਾ ਟਰੈਕਟਰ ਵੀ ਪੂਰਾ ਗਾਡਰ ਆ ਬਾਈ, ਜਿੱਦਾਂ ਰਸ਼ੀਆ ਦਾ ਬਾਰਡਰ ਆ। ਪਰ ਚਲੋ ਕੋਈ ਚੱਕਰ ਨਹੀਂ, ਪਰ ਆਹ ਦੇਖੋ ਜਿਹੜੀ ਗੱਡੀ ਆਪਾਂ ਫਟਾਈ ਸੀ ਬਾਈ, ਜਿਹੜੀ ਜੀਪ ਨੂੰ ਆਪਾਂ ਅੱਗ ਲਾਈ ਸੀ, ਬੱਲੇ ਬੱਲੇ ਬੱਲੇ, ਅੱਗ ਬੁਝਾਉਣ ਵਾਲੇ ਰੋਕ ਗਏ, ਮੈਨੂੰ ਲੱਗਿਆ ਅੱਗੇ ਜਾਣਗੇ ਬਾਈ, ਪਰ ਬੱਲੇ ਬੱਲੇ ਬੱਲੇ। ਪਰ ਆਪਾਂ ਨਿਕਲੀਏ ਬਾਈ, ਆਪਾਂ ਫਰੈਂਕਲੀ ਜੱਟ ਕੋਲ ਜਾਣਾ, ਅਤੇ ਦੇਖੀਏ ਇਹਨਾਂ ਨੂੰ ਅੱਗ ਬੁਝਾਉਂਦੇ ਹੋ, ਮੈਂ ਦੇਖੇ ਨਹੀਂ ਕਦੇ। ਚੱਲ ਤੁਹਾਨੂੰ ਦਿਖਾ ਦਿੰਦੇ, ਦੇਖਦੇ ਹਾਂ ਕੀ ਕਰਦੇ ਲੈ ਬਾਈ। ਅੱਗ ਤੁਹਾਨੂੰ ਇੱਥੇ ਮੈਨੂੰ ਲੱਗਦਾ ਮਾੜੀ ਹੋਰ ਜ਼ਿਆਦਾ ਬੁਝਾਉਣੀ ਪੈਣੀ ਹੁਣ, ਕਿਉਂਕਿ ਇੱਥੇ ਕੰਮ ਖਰਾਬ ਹੋ ਗਿਆ ਨਾ, ਇੱਥੇ ਹੁਣ ਹੋਰ ਪਟਾਕੇ ਚੱਲਣਗੇ। ਦੇਖ ਓਏ, ਰੁਕ ਜਾ, ਅੱਗ ਮਾੜੀ ਹੋਰ ਬੁਝਾਇਓ ਹੁਣ ਇੱਥੇ। ਟ੍ਰੈਫਿਕ ਕਰਤਾ ਬਾਈ, ਉਹ ਤੁਹਾਡੀ ਨੂੰ ਭੱਜੋ ਜੀ, ਇੱਥੋਂ ਭੱਜ ਯਾਰ। ਪਰ ਆਪਣੀ ਰੇਂਜ ਰੋਵਰ ਬਾਈ ਬਚ ਗਈ ਤੁਹਾਡੀ ਨੂੰ, ਅੱਛੀ ਸ਼ੁਰੂਆਤ ਹੋਈ ਮੇਰੇ ਵੀਰੇ, ਅੱਛੀ ਸ਼ੁਰੂਆਤ ਹੋਈ। ਆਪਾਂ ਇੱਧਰ ਜਾਣਾ ਪ੍ਰਧਾਨ, ਪਰ ਆਪਣੀ ਰੇਂਜ ਰੋਵਰ ਮਾਰਦੀ ਛਾਲਾਂ ਬਾਈ, ਬੱਲੇ ਬੱਲੇ ਬੱਲੇ। ਇੱਦਾਂ ਕਲੋਲਾਂ ਹੋ ਜਾਂਦੀਆਂ ਬਾਈ ਸ਼ਹਿਰ ਵਿੱਚ, ਸ਼ਹਿਰ ਵਿੱਚ ਨਹੀਂ ਹਾਈਵੇ 'ਤੇ, ਕਿਉਂਕਿ ਹਾਈਵੇ 'ਤੇ ਤੁਹਾਨੂੰ ਪਤਾ ਪੂਰਾ ਜਾਮ ਜੂਮ ਲੱਗ ਜਾਂਦਾ। ਅਤੇ ਆਹ ਦੇਖੋ, ਪੁਲਿਸ ਵਾਲਿਆਂ ਨੂੰ ਤਾਂ ਨਹੀਂ ਪਤਾ ਲੱਗ ਗਿਆ ਬਾਈ, ਅੱਗੇ ਅੱਗ ਲੱਗੀ ਪਈ ਆ ਪੁਲਿਸ ਵਾਲਿਆਂ, ਜਾਓ ਤੁਸੀਂ ਉੱਥੇ, ਉਹ ਤਾਂ ਤੁਰ ਕੇ ਹੀ ਹੋ ਗਿਆ ਬਾਈ। ਚਲੋ ਛੱਡੋ ਇਹਨੂੰ ਯਾਰ, ਆਪਾਂ ਆਪਣਾ ਕੰਮ ਕਰੀਏ ਮੁੰਡਿਓ, ਅੱਗੇ ਹੀ ਆਪਣੇ ਕੋਲ ਟਾਈਮ ਘੱਟ ਆ। ਆਪਣੀ ਰੇਂਜ ਰੋਵਰ ਦਾ ਹਾਲ ਦੇਖੋ ਕੀ ਹੋ ਗਿਆ, ਪਰ ਪਿਛਲਾ ਟਾਇਰ ਤਾਂ ਹਜੇ ਸਹੀ ਆ। ਮੈਨੂੰ ਇਹ ਨਾ ਹੋਵੇ ਕਿ ਬਾਈ ਪਿਛਲਾ ਟਾਇਰ ਹੀ ਨਾ ਚੱਲੇ ਜਦੋਂ ਟੋਚਰ ਮੁਕਾਬਲਾ ਹੋਣ ਲੱਗਿਆ। ਯਾਰ ਚਲੋ ਦੇਖਦੇ ਹਾਂ ਬਾਈ, ਆਪਾਂ ਫਰੈਂਕਲੀ ਜੱਟ ਦੇ ਖੇਤ ਤਾਂ ਪਹੁੰਚ ਚੁੱਕੇ ਹਾਂ ਜਿੱਦਾਂ ਤੁਹਾਨੂੰ ਪਤਾ। ਆ ਬਈ ਆਹ ਫਰੈਂਕਲੀ ਜੱਟ ਦਾ ਖੇਤ ਆ, ਆਪਾਂ ਪਿੱਛੋਂ ਦੀ ਐਂਟਰੀ ਕਰਦੇ ਹਾਂ ਹਮੇਸ਼ਾ, ਆਪਾਂ ਅੱਗੇ ਉਹਦੀ ਐਂਟਰੀ ਕਰਦੇ ਹੁੰਦੇ ਹਾਂ, ਕਿਉਂਕਿ ਫਰੈਂਕਲੀ ਜੱਟ ਆਪਣਾ ਮੈਨੂੰ ਉਹਨੇ ਕਿਹਾ ਸੀ ਪਿੱਛੋਂ ਦੀ ਆ ਜੀ ਤੂੰ, ਮੈਂ ਕਿਹਾ ਜ਼ਰੂਰ ਬਾਈ। ਅਤੇ ਆਹ ਬਾਈ ਦਾ ਖੇਤ ਆ, ਆਪਾਂ ਇੱਥੋਂ ਦੀ ਮੋੜਦਾ, ਤੁਹਾਨੂੰ ਵੀ ਯਾਦ ਹੋਊਗਾ ਇੱਕ ਵਾਰੀ ਆਪਾਂ ਉਹ ਲੈ ਕੇ ਗਏ ਸੀ ਇੱਥੋਂ, ਇਹ ਟਰੱਕ ਲੈ ਕੇ ਆਉਂਦੇ ਸੀ, ਜਿਹਨੂੰ ਯਾਦ ਆ ਤਾਂ ਬਾਈ ਲਿਖੋ ਮੇਰਾ ਬਾਈ ਇੱਕ ਵਾਰੀ। ਕੁਛ ਨਹੀਂ ਹੋਇਆ, ਕਰੋ ਕੰਮ ਕਰੋ ਤੁਸੀਂ ਬਾਈ, ਇੱਥੇ ਬਾਈ ਖੇਤ 'ਚ ਹੀ ਲਾਉਣੀ ਪੈਣੀ ਆ, ਕਿਉਂਕਿ ਉਹਨੇ ਕਿਹਾ ਸੀ ਆਪਣੀ ਗੱਡੀ ਨੂੰ ਇੱਥੇ ਲਾਈ। ਅਤੇ ਮੈਂ ਮਾੜਾ ਪੁੱਛ ਲਵਾਂ ਯਾਰ ਇਹਨਾਂ ਤੋਂ, ਮਤਲਬ ਫਿਰਦਾ ਕਿੱਥੇ ਫਰੈਂਕਲੀ ਜੱਟ ਆਪਣਾ, ਹੋਵੇ ਬਜ਼ੂਕਾ ਅੰਦਰ ਪਾਓ, ਇਹ ਤੋਂ ਪੁੱਛਦੇ ਹਾਂ ਬੁੜੀ ਤੋਂ। ਉਹ ਵੀ ਬੁੜੀ ਨਾਲ ਗੱਲ ਹੋ ਚੁੱਕੀ ਆ, ਬੁੜੀ ਨੇ ਕਿਹਾ ਫਰੈਂਕ, ਉਹ ਤਾਂ ਪਿੰਡ 'ਚ ਇੱਕ ਹੋਰ ਟੂਰਨਾਮੈਂਟ ਚੱਲਦਾ ਪਿਆ ਬਾਈ, ਉੱਥੇ ਗਿਆ ਗਾ, ਪਰ ਇਹਨੇ ਕਿਹਾ 5-10 ਮਿੰਟਾਂ ਤੱਕ ਉਹਨੇ ਆ ਜਾਣਾ। ਬਾਕੀ ਆਪਾਂ ਵੀ ਉਹਨੂੰ ਮੈਸੇਜ ਬਾਈ ਕਰਤਾ ਸੀ, ਅਤੇ ਕਿਉਂਕਿ ਹੁਣ ਵੇਟ ਤਾਂ ਆਪਣਾ ਵੀ ਇੱਥੇ ਕਰਨੀ ਪੈਣੀ ਆ। ਬਾਕੀ ਉਹ ਪਤਾ ਨਹੀਂ ਕਿਹੜੇ ਟੂਰਨਾਮੈਂਟ ਗਿਆ ਬਾਈ, ਉਹ ਤਾਂ ਹੁਣ ਉਹ ਤਾਂ ਆਇਆ ਹੀ ਪਤਾ ਲੱਗੂਗਾ। ਚਲੋ ਵੇਟ ਕਰ ਲੈਂਦੇ ਇੱਥੇ 5-10 ਮਿੰਟ, ਬਾਕੀ ਦੇਖਦੇ ਹਾਂ। ਲਓ ਵੀ ਮੁੰਡਾ, ਇੰਤਜ਼ਾਰ ਖਤਮ ਹੋਇਆ ਆਪਣਾ, ਫਰੈਂਕਲੀ ਜੱਟ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਖੇਤ ਆ ਚੁੱਕਾ ਗਾ,
ਤੇ ਫ੍ਰੈਂਕਲੀ ਜੱਟ ਤੋਂ ਬਾਈ ਮੈਂ ਫ੍ਰੈਂਕਲੀ ਜੱਟ ਨੇ ਮੈਨੂੰ ਇੱਕ ਬਹੁਤ ਵਧੀਆ ਗੱਲ ਦੱਸੀ ਉਹ ਗੱਲ ਵੀ ਤੁਹਾਨੂੰ ਬਾਅਦ ਚੋਂ ਦੱਸਾਂਗੇ ਪਰ ਇੱਥੇ ਫ੍ਰੈਂਕਲੀ ਜੱਟ ਨੇ ਆਇਆ ਤੇ ਬਾਈ ਨਾਲ ਹੀ ਟਰੈਕਟਰ ਨੂੰ ਆਪਣੇ ਨੂੰ ਇੱਧਰ ਵੇਖੋ ਤੁਸੀਂ ਨਾਲ ਹੀ ਰੱਸਾ ਪਾ ਕੇ ਨਾ ਮਤਲਬ ਨਾਲ ਹੀ ਰੈਡੀ ਕਰਤਾ ਕਹਿੰਦਾ ਮੈਂ ਵੀ ਬਹੁਤ ਟਾਈਮ ਦਾ ਵੇਟ ਕਰਦਾ ਸੀ ਪਰ ਮੁੰਡੇ ਟੋਚਨ ਮੁਕਾਬਲਾ ਤਾਂ ਚਲੋ ਆਪਣਾ ਸ਼ੁਰੂ ਹੋਣਾ ਹੀ ਹੋਣਾ ਗਾ ਤੁਸੀਂ ਇਹ ਤਾਂ ਹੁਣ ਆਪਾਂ ਮਨਾ ਨਹੀਂ ਕਰ ਸਕਦੇ ਕਿਉਂਕਿ ਅੱਜ ਆਪਣੀ ਗੱਡੀ 'ਚ ਤੇਲ ਤਾਂ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਆਪਣੀ ਰੇਂਜ ਰੋਵਰ ਜਿੱਤੂਗੀ ਕਿ ਆਪਣਾ ਫੋਰਡ 36 ਫੋਰਡ ਨਹੀਂ ਨਿਊ ਹੋਲੈਂਡ 36 ਦੱਸੋ ਬਾਈ ਤੁਹਾਨੂੰ ਕੀ ਲੱਗਦਾ ਕਿਹੜਾ ਟਰੈਕਟਰ ਜਿੱਤੂ ਦੱਸੋ ਬਾਈ ਤੁਹਾਨੂੰ ਕੀ ਲੱਗਦਾ ਟਰੈਕਟਰ ਜਿੱਤੂਗਾ ਕਿ ਆਪਣੀ ਗੱਡੀ ਜਿੱਤੂਗੀ ਬਾਈ ਕਮੈਂਟ ਕਰੋ ਜਲਦੀ ਜਲਦੀ ਅਤੇ ਮੈਨੂੰ ਦੱਸਿਓ ਤੁਹਾਨੂੰ ਕੀ ਲੱਗਦਾ ਬਾਈ ਮੈਂ ਤਾਂ ਬਾਈ ਆਪਣੇ ਰੇਂਜ ਰੋਵਰ ਦੇ ਹੱਕ 'ਚ ਹਾਂ ਕਿਉਂਕਿ ਝੋਟੇ ਦਾ ਇੰਜਣ ਆ ਇਹ 'ਚ ਬਾਕੀ ਇਹ ਤਾਂ ਹੁਣ ਬਹਿ ਕੇ ਹੀ ਪਤਾ ਲੱਗੂ ਚਲੋ ਬਾਈ ਹੈਲੋ ਬਾਈ ਫ੍ਰੈਂਕਲੀ ਜੱਟ ਆਪਣਾ ਚੜ ਚੁੱਕਿਆ ਟਰੈਕਟਰ 'ਤੇ ਉਹ ਕਿੱਧਰ ਨੂੰ ਲੈ ਗਿਆ ਪ੍ਰਧਾਨ ਕਿੱਧਰ ਨੂੰ ਲੈ ਗਿਆ ਯਾਰ ਇਹ ਕਿੱਧਰ ਨੂੰ ਲੈ ਗਿਆ ਬਾਈ ਉਹ ਰੁਕ ਜਾ ਉਹ ਬਾਈ ਇਹ ਤਾਂ ਗੁੱਸਾ ਹੀ ਕਰ ਗਿਆ ਉਹ ਫ੍ਰੈਂਕਲੀ ਮੁੰਡੇ ਮੈਂ ਨਹੀਂ ਮੰਨੂਗਾ ਬਾਈ ਫ੍ਰੈਂਕਲੀ ਬਾਈ ਯਾਰ ਆਹ ਕੀ ਕਰਤਾ ਬਾਈ ਸਾਡੀ ਰੇਂਜ ਰੋਵਰ ਹਜੇ ਤਾਂ ਟੋਚਨ ਬਾਈ ਆਪਣਾ ਸਟਾਰਟ ਹੀ ਹੋਇਆ ਸੀ ਦੇਖੋ ਤੁਸੀਂ ਯਾਰ ਮਾੜਾ ਪਰ ਇਹਨੂੰ ਕੀ ਹੋ ਗਿਆ ਇੰਨਾ ਗੁੱਸਾ ਕਦੋਂ ਚੜ ਗਿਆ ਬਾਈ ਮੁੰਡੇ ਟੋਚਨ ਮੁਕਾਬਲਾ ਨਹੀਂ ਹਜੇ ਤਾਂ ਆਪਾਂ ਗੇਅਰ ਨਹੀਂ ਪਾਇਆ ਬਾਈ ਇਹ ਆਪਾਂ ਮੰਨਣਾ ਹੀ ਨਹੀਂ ਕਿਉਂਕਿ ਤਾਂ ਦੇਖੋ ਮੇਰੀ ਰੇਸ ਪੂਰੀ ਨੱਪੀ ਆ ਪੂਰੀ ਨੱਪੀ ਆ ਰੇਸ ਬਾਈ ਪੂਰੀ ਰੇਸ ਨੱਪੀ ਆ ਬਾਈ ਮੇਰੀ ਪਰ ਫ੍ਰੈਂਕਲੀ ਜੱਟ ਯਾਰ ਤੇ ਹੁਣ ਮੇਰੇ ਬਾਈ ਜਿਹੜੇ ਕਹਿੰਦੇ ਪਏ ਆ ਕਿ ਬਾਈ ਲੱਸੀ ਕਰਾਤੀ ਤੇਰੀ ਗੱਡੀ ਨੇ ਬਾਈ ਮੈਂ ਮੰਨਦਾ ਹੀ ਨਹੀਂ ਆ ਟੋਚਨ ਮੁਕਾਬਲੇ ਨੂੰ ਹਜੇ ਹੁਣ ਮੰਨੂਗਾ ਜਦੋਂ ਇਹ ਰੁਕੂਗਾ ਨਾ ਇੱਥੇ ਇਹਨੇ ਮੈਨੂੰ ਲੱਗਦਾ ਜਾਨ ਦਿਖਾਈ ਸੀ ਬਾਈ ਹਜੇ ਆਪਣੇ ਟਰੈਕਟਰ ਦੀ ਜਾਨ ਦਿਖਾਈ ਸੀ ਟੋਚਨ ਮੁਕਾਬਲਾ ਤਾਂ ਮੇਰੇ ਵੀਰੋ ਹੁਣ ਸ਼ੁਰੂ ਹੋਊਗਾ ਤੁਸੀਂ ਦੇਖੋ ਕਿੱਥੇ ਲਾਤਾ ਉਹ ਤੁਹਾਡੀ ਨੂੰ ਆ ਗੋਲੀਆਂ ਕੋਲ ਮਾਰੀ ਜਾਂਦਾ ਪਾਗਲ ਹੈ ਯਾਰ ਇਹਦੇ ਰੱਖੋ ਬਾਈ ਜੇ ਆ ਟ੍ਰੇਨ ਦੀ ਪਟੜੀ ਤੋਂ ਪਰਲੇ ਪਾਸੇ ਮੈਂ ਚਲਾ ਗਿਆ ਮੈਂ ਜਿੱਤ ਜੂ ਜੇ ਟਰੈਕਟਰ ਇੱਧਰ ਨੂੰ ਲੈ ਆਇਆ ਫਿਰ ਆਪਣੇ ਨੂੰ ਖਿੱਚ ਕੇ ਫਿਰ ਇਹ ਜਿੱਤੂਗਾ ਓਕੇ ਅਤੇ ਆ ਜਾਓ ਫਿਰ ਆਪਣੀ ਰੇਂਜ ਰੋਵਰ ਆ ਜਾ ਬਾਈ ਹੁਣ ਆ ਜਾ ਫ੍ਰੈਂਕਲੀ ਹੁਣ ਆ ਜਾ ਅਤੇ ਆ ਚਾਚਾ ਹੀਰ ਦਾ ਬਾਈ ਇਹ ਗੋਲੀਆਂ ਮਾਰਨ ਲੱਗ ਗਿਆ ਸਾਡਾ ਤੈਨੂੰ ਦੇਖਦਾ ਨਹੀਂ ਪਿਆ ਇੱਧਰ ਟੋਚਾ ਮੁਕਾਬਲਾ ਚੱਲਦਾ ਪਿਆ ਬਾਈ ਹੁਣ ਦੱਸੋ ਕਿਹੜੀ ਗੱਡੀ 'ਚ ਜਾਣ ਅਤੇ ਗੋਲੀਆਂ ਇਹਦੇ ਬਾਈ ਟਰੈਕਟਰ ਦੇ ਟਾਇਰ ਥੱਲੇ ਦੇ ਇਹਨੂੰ ਇੰਨਾ ਖਤਰਨਾਕ ਇੱਥੇ ਟੋਚਨ ਮੁਕਾਬਲਾ ਚੱਲਦਾ ਪਿਆ ਮੁੰਡੇ ਦੇਖੋ ਉਹ ਫ੍ਰੈਂਕਲੀ ਜੱਟ ਦੇ ਗੋਲੀ ਮਾਰਤੀ ਓਏ ਟੋਚਨ ਮੁਕਾਬਲਾ ਕੈਂਸਲ ਤੁਹਾਡੀ ਨੂੰ ਨਹੀਂ ਕੈਂਸਲ ਨਹੀਂ ਉਹ ਕੈਂਸਲ ਨਹੀਂ ਫ੍ਰੈਂਕਲੀ ਜੱਟ ਗੱਡੀ ਮੇਰੀ ਲੈ ਗਿਆ ਬਾਈ ਓਏ ਉਹ ਫ੍ਰੈਂਕਲੀ ਓਏ ਉਹ ਬਾਈ ਆ ਕਾਹਤੋਂ ਗੱਡੀ ਲੈ ਗਿਆ ਮੇਰੀ ਭਜਾ ਕੇ ਓਏ ਯਾਰ ਜਲਦੀ ਗੱਡੀ ਦਿਓ ਓਏ ਬਾਈ ਆਹ ਕੀ ਹੋ ਗਿਆ ਫ੍ਰੈਂਕਲੀ ਜੱਟ ਦੇ ਮੈਨੂੰ ਲੱਗਦਾ ਬਾਈ ਗੋਲੀ ਲੱਗ ਗਈ ਓਏ ਗੱਡੀ ਭਜਾ ਕੇ ਲੈ ਗਿਆ ਮਾਮਾ ਹੀਰ ਦਾ ਯਾਰ ਬਾਈ ਪਾਸੇ ਬੁੜੀਓ ਮੁੰਡਾ ਦੇਖੋ ਇਹੋ ਜਿਹਾ ਕਲੋਲਾਂ ਯਾਰ ਆਹ ਕਲੋਲਾਂ ਕੀ ਮਤਲਬ ਯਾਰ ਤੁਹਾਨੂੰ ਕੀ ਲੱਗਦਾ ਕਿੱਧਰ ਗਿਆ ਹੁਣ ਮੈਂ ਬਾਈ ਖੇਤ ਹੀ ਦੇਖਦਾ ਕਿਉਂਕਿ ਖੇਤ ਹੀ ਹੋਣਾ ਚਾਹੀਦਾ ਉਹਨੇ ਜਾਣਾ ਨਹੀਂ ਕਿਸੇ ਪਾਸੇ ਮਾਮਾ ਹੀਰ ਦਾ ਉਹ ਬੱਲੇ 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 ਆ ਗਿਆ ਬਾਈ ਆ ਗਿਆ ਆਪਣੀ ਜਗ੍ਹਾ 'ਤੇ ਆ ਗਿਆ ਸ਼ੁਕਰ ਪਰ ਇਹਦੀ ਗੋਲੀ ਵੱਜ ਗਈ ਸੀ ਮੁੰਡਿਓ ਪਰ ਟੋਚਨ ਮੁਕਾਬਲੇ ਦਾ ਹਜੇ ਸਾਡਾ ਰਿਜ਼ਲਟ ਹੀ ਨਹੀਂ ਨਿਕਲਿਆ ਕੋਈ ਬਾਈ ਓਏ ਰੇਂਜ ਰੋਵਰ 'ਚ ਬਹਿਣਾ ਏ ਡਰਾਈਵਰਾ ਰੇਂਜ ਰੋਵਰ 'ਚ ਬਹਿਣਾ ਉਹ ਮਾਮਿਆਂ ਇੱਧਰ ਬਹਿਣਾ ਆਹ ਗੱਡੀ 'ਚ ਬਹਿਣਾ ਆਪਾਂ ਆਲੀ ਆਹ ਆਪਣੀ ਰੇਂਜ ਆ ਸ਼ੁਕਰ ਆ ਬਾਈ ਪਤਾ ਨਹੀਂ ਕੀ ਹੋਇਆ ਪਿਆ ਯਾਰ ਚਲੋ ਬਾਈ ਲਾਸਟ ਰਾਊਂਡ ਆ ਫ੍ਰੈਂਕਲੀ ਲਾਸਟ ਰਾਊਂਡ ਆ ਹੁਣ ਬਹੁਤ ਹੋ ਗਿਆ ਤੇਰਾ ਅਤੇ ਹੁਣ ਬਾਈ ਜੇ ਆਪਾਂ ਧੂ ਕੇ ਉਹ ਸੜਕ ਤੱਕ ਲੈ ਗਏ ਨਾ ਫਿਰ ਆਪਣੀ ਜਿੱਤ ਆ ਨਹੀਂ ਤਾਂ ਫਿਰ ਫ੍ਰੈਂਕਲੀ ਜੱਟ ਦੀ ਜਿੱਤ ਆਪਣੀ ਦੀ ਹੁਣ ਤੁਹਾਡੇ ਸਾਹਮਣੇ ਸਾਰਾ ਕੁਛ ਮੈਂ ਨਹੀਂ ਹੁਣ ਰੋਕਦਾ ਪੂਰੀ ਸਪੀਡ ਨੱਪੀ ਆਪਾਂ ਆਪਣੀ ਰੇਂਜ ਰੋਵਰ ਪੂਰੇ ਜਿੰਨੀ ਇਹ 'ਚ ਪਾਵਰ ਆ ਬਾਈ ਮੈਂ ਉਨੀ ਛੱਡੀ ਆ ਹੁਣ ਅੱਗੇ ਦਰਖਤ ਆ ਗਿਆ ਨਹੀਂ ਬਾਈ ਫ੍ਰੈਂਕਲੀ ਹੁਣ ਨਹੀਂ ਰੋਕਣਾ ਸੀ ਹੁਣ ਨਹੀਂ ਰੋਕਣਾ ਬਾਈ ਪਰ ਵੀ ਫ੍ਰੈਂਕਲੀ ਜੱਟ ਮੈਨੂੰ ਲੱਗਦਾ ਉੱਥੋਂ ਨਹੀਂ ਜਦੋਂ ਖਿੱਚਦੇ ਹੁੰਦੇ ਮਤਲਬ ਥੋੜ੍ਹਾ ਜਿਹਾ ਆਪਾਂ ਸੜਕ ਦੇ ਕੋਲ ਨੂੰ ਗਏ ਉਦੋਂ ਨਾ ਖਿੱਚਦੇ ਪਰ ਕੋਈ ਪਤਾ ਨਹੀਂ ਬਾਈ ਪਰ ਫਿਲਹਾਲ ਆਪਣੀ ਗੱਡੀ ਦੀ ਪੂਰਾ ਡਾਟ ਨਿਕਲੀ ਜਾਂਦਾ ਬਾਈ ਜਿੱਤਣਾ ਮੁੰਡੇ ਜਿੱਤਣਾ
जितना थोड़ा ही रह गया भाई, थोड़ा ही रह गया। ये तू अगे जाना पखाले जे तू यार, खिंच ली स्पीड भाई उन्हें। आ देखो आ देखो आ देखो, मेरा पूरा नपया यार। नहीं भाई हुण ये मैं तुहाडे ते छड्डदा यार आ फैसला भाई, क्योंकि मेरी रेंज रोवर का पूरा भाई पूरा ब्रेक भी ला ले हुण मैं भाई। भाई रुक दी धाकनी अपनी रेंज रोवर, देखो तुसी माड़ी ये भाई मैं हुण तुहाडे ते छड्डदा। तुसी मैनू दस्सो की रिजल्ट है भाई अपने आ देसी टोजन मुकाबले का, दसो। क्योंकि अपनी रेंज रोवर जौंदा वसदार है फ्रेंकली जट भाई, जौंदा वसदार है, जौंदा वसदार है। आने भाई वापस आने, पुछो क्यों स्कॉर्पियो लेके आना मैं, स्कॉर्पियो लेके आना मैं भाई, स्कॉर्पियो लेके आना अपनी, क्योंकि अपना पिंड इत्थे ही आ, घर अपना इत्थे ही आ, स्कॉर्पियो लेके आनी। वेरी गुड वेरी गुड भाई। भाई आ बंदे तो पुछ लिए गड्डी केड़ी है, तेरे को गड्डी केड़ी है, तेरे को गड्डी केड़ी है भाई। बल्ले बल्ले भाई, कहंदा मेरे को लाल स्कॉर्पियो जो चाहिए ले जा पिछे खड़ी है। मैं क्या भाई जरूर, बल्ले बल्ले नहीं आ जा आ जा आ जा आ जा आ जा, हुण भज हुण तां भाई लैके जावांगे इहदी गड्डी आपां। पहलां सानूं कहंदा तू ले जा सकदा गड्डी भाई, मैं उदां ही मतलब पुछा बंदे तों कि भाई साडा टोचन मुकाबला चलदा आ खड़ी भाई। बल्ले 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 भाई दी लाल स्कॉर्पियो आ खड़ी, बल्ले बल्ले नहीं रीसा फिर सानू कुटन ते आ गया। पर भाई हुण तां असीं लैके जावांगे भाई, ये अपनी स्कॉर्पियो नहीं मुंडियो इहदी आ, आ जिहड़ा इत्थे बंदा हैगा। हुण तुसीं इह ना सोचो कि भाई तूं इहनूं किवें जाणदा भाई, आ जिहड़े खेत आ ना ये सारे ये अपने उद ही आ, मतलब कह लो तुसीं गुआंढी कह लो एक हिसाब दे, क्योंकि इत्थे सिद्धू बाई दी हवेली भी है तुहानूं पता ही आ, जिहड़े अपने फॉलो करदे अपने एपीसोडां नूं उहनां नूं पता मैं किहनां दी गल करदा इत्थे। ते तां मैं बंदे तों गड्डी मंगी भाई, ते इहदी स्कॉर्पियो दा भाई टोचन मुकाबला करा के देखदे आ, क्योंकि जे आ स्कॉर्पियो जित गई फिर तां अपनी ने भी जित जाणा, पर जे हार गई फिर देखी जाऊगी भाई, क्योंकि मैंने तो भाई लस्सी करा ली अज्ज मैं तुहानूं कहदा। फ्रेंकली जट दे ट्रैक्टर च भाई वाकई जान बहुत आ, ते आ देखो मामा हीट दा इत्थे ही खड़ा। आ गया आ गया आ गया भाई, आ गया आ गए जरूर आ गए भाई, रुक जो वेट करो वेट कर, फ्रेंकली बहुत हो गया तेरा भाई। ओ भाई पालिया रस्सा कौन आ गया, सीरियसली मुंडे स्कॉर्पियो तो ट्रैक्टर नू भी नहीं हिलाउंदी यार, कमाल की गल नहीं। आ देखो स्कॉर्पियो तो भाई ट्रैक्टर नू भी नहीं हिलाउंदी, की किया जाए भाई की किया जाए, दसो भाई की किया जाए, दसो भी मुंडे की किया जाए भाई। मैं फ्रेंकली तो पुछदा ये किधर गया सी, ये कित्थे गया सी मैं ये तो पुछदा, क्योंकि इहदी भैया राणी ने भाई जिहड़ी काम करदी पई आ उहने कहा सी ये टोचन मुकाबले ते गया सी, ये तो पुछदा की चलदा पिया उत्थे। हाँ फ्रेंकली, लो भाई फ्रेंकली जट नाल गल हो चुकी है। फ्रेंकली जट कहिंदा तैनूं मैं लोकेशन दे दिंदा, तू उत्थों एक ट्रैक्टर उत्थे खड़ा, एक ट्रैक्टर वो ट्रैक्टर लैके आ, ते वो ट्रैक्टर नाल टोचन मुकाबला पा के देख भाई। तो हुण मैनूं नहीं पता भाई किहड़ा ट्रैक्टर आ, ते जाणा पैणा क्योंकि फ्रेंकली जट अपना तिड़िया फिरदा मेरे वीरियो, ते अपनी स्कॉर्पियो अपनी नहीं वैसे दूजे बंदे दी सी, अपनी तो काली आ, पर स्कॉर्पियो ने तो भाई अपना जिहड़ा न्यू हॉलैंड 36 जमा नहीं हिलाया। पर मुंडे आ उम्मीदा नहीं सी भाई मैनू स्कॉर्पियो तो, एवें तुहानूं कहदा। पर हुण इहने मैनू भाई एक लोकेशन दित्ती आ, ते कहिंदा उत्थे एक ट्रैक्टर खड़ा, वो ट्रैक्टर लैके आ, ते उहदे नाल ट्राई कर तूं मैनू हराउण दी। चलो देखदे आ भाई, वो अपनी रेंज रोवर साले पासे तां कर दिंदे भाई यार, आ देखो इत्थे ही लाई खड़ी है, कोई ना इहनूं बाद चों लैके जांदे आ यार। लोकेशन तां मामे हीट दे ने ही दस्सी सी भाई। बल्ले 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 ओ खड़ा मुंडे ट्रैक्टर, बल्ले बल्ले भाई किहड़ा ट्रैक्टर है, मैनूं लगदा भाई रेसा रूसा वालिआं दा ही आ, साडी स्कॉर्पियो गड्डी ना भजा के लै जाइओ भाई। ओ बल्ले 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 मुंडे ये कड़ा ट्रैक्टर आ गया, स्वराज 744 ब्रेकां फेल भाई, लास्ट ट्राई भाई, जे आ ट्रैक्टर ने भी नहीं वो ट्रैक्टर नूं खिंचिआ ना फिर तां बस
पर आ ट्रैक्टर वो लै गया भाई, उही गल की ना मैनू पता सी स्कॉर्पियो लै गया भजा के मैनू लगता उही। पर चलो छोड़ो, साड़ी रेंज रोवर इतने खड़ी होनी चाहिए, बाकी सानू कोई प्रॉब्लम नहीं भाई। पर मुड़ो देखो दिन पूरा छिपन वाला गा, वो देखो अगे हो जहाज डिग गया परले पासे भाई पहाड़ दे। रेंज रोवर कोई ना उन्ने भाई तेनू लैन, पर साड़ी इज्जत रख ली हूँ भाई। कि ट्रैक्टर है अपना स्वराज 744 मुड़ा, तुहानू की लगता हूँ लास्ट ट्राई है भाई लास्ट ट्राई, क्योंकि फ्रेंकली तो अपना होया पिया पूरा गर्म, वो थोड़ी ट्रक पलट गया शाबाश। फ्रेंकली भाई अपना पूरा गर्म होया पिया, तो आप रेंज रोवर तो भी हार गए, स्कॉर्पियो तो भी हार गए, तो हुण आ ट्रैक्टर आ मेरे वीरियो। जे ये ट्रैक्टर ने वो ट्रैक्टर नू हराता फिर तो अपनी बल्ले बल्ले आ, नहीं तो बस फिर कोई होर ट्रैक्टर लिया पैना फिर मैनू, होर नहीं फिर इनू भाई आप अपने झूटे नाल ही हरावे। अपना झूटा किहड़ा दसो मैनू, आ जाए फ्रेंकली बहुत हो गया तेरा भाई। लो भी मुंडियो टोचन मुकाबला शुरू होने लग्या मेरे वीरियो। ओ यस आ जा हूँ आ जा भाई, बड़ा गर्म हुंदा सी ना तू, तेनू इत्थे सड़क ते लैके आना, आ जा इधर ही आ जा फ्रेंकली, आ जा भाई नहीं मेरा। लो भी मुंडियो हजे टोचन मुकाबला मैं स्टार्ट नहीं किया, तो दसो मेरे भाई जिन्हें भी देखते पे तुहानू की लगता हुण तुसीं इहदी पावर देख के भाई अंदाजा ला ही लिया होना, पर फिर भी दसो माड़ा करिए स्टार्ट। आ जा भाई, वह ट्रैक्टर तो खिंचन का मौका ही नहीं दिता हूँ अपना स्वराज, अपना नहीं है किसी का, अस उतों आप चक के लिया। नहीं भाई आ ब्रेकां फेल मैं कमाइया भाई पूरा, फ्रेंकली रहन दे भाई हूँ, रहन दे जोर लो उन्हू, तू रोको फ्रेंकली ना गल कर लें। मुड़ो देखो वह ट्रैक्टर कितों घड़ीस के लिया आप, फ्रेंकली की होया भाई की होया मेरे वीर नू, हवा करता सी बल्ले बल्ले भाई। तो अज दे भाई आ टोचन मुकाबले का जेतू रहा अपना स्वराज 744, इन्हें जिदा अपनी रेंज रोवर का गेड़ा लवाया से ना भाई, आप भी इदा ही गेड़ा लवाना हूँ। आ जा भाई आ जा, भजा हवा करता सी ना पहला, इनू सड़क के विचाले जाके छड़ना भाई, फिर ही इनू अकलाऊगी। एवं कहिंदा मेरा ट्रैक्टर ही सब तो वधिया भाई, पर यह नहीं पता झोटे तो झोटे लई फिरदी दुनिया। आ जा पूरा बुरा हाल किया पिया मुंडियो, टोचन मुकाबला देख लो भाई, तुसी कहंदे सी ना टोचन मुकाबला देखना, साडा टोचन मुकाबला तो भाई इहजा ही हुंदा। देखो तुसी हुण फ्रेंकली जट नाल पूरियां कलोलां करदे आं आपां, जे वधिया लगदा पिया मेरे भाई लाइक जरूर करियो अपनी वीडियो नूं, मैं ना इहनूं इत्थे छड्डदा। ओ चल फ्रेंकली निकल तू बह के, ते भाई आपां ना अपनी रेंज रोवर नूं मैं लाउना गा किसे पासे, ते उदों पहलां आपां ट्रक दी हैल्प ना कर दीए भाई, आ ट्रक वाले की हैल्प ना कर दिए भाई, जिदा ट्रक पलटिया पाया क्योंकि हुण अपने कोल झूटा है तो हैगा। पासे 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 निकलो कुड़ियों सारे, ओके वेरी गुड, किने हैल्प की पर अपने ट्रैक्टर ने हैल्प की ज़्यादा, सानू कुटन आ गए हो भाई। एक तो हैल्प करो एक पंगे लेंदे, आ जाओ इन्हों भाई मुक्या ही कुटना, आ जा पंगे, आ जाओ भाई ट्रक वाला भी अपने कुटन आ गए भाई, शराबी है गया, आ गया एक, तू भी आ जा आ जा भाई हूँ, आ जा कराटे सीखे आ, लास्ट रह गया लास्ट बंदा भाई, आ काला जो तगड़ा लगता, आ जा तू भी आ जा फट आ ले लास्ट, ओके लो भी मुड़े अज का फिर आप इतें ही समाप्त करते हैं, तो आई होप तुहानू वधिया लग्या होगा अज का टोचन मुकाबला अपना। पर आ ट्रैक्टर भाई आ टूरनामेंट वालों का सी मैनू लगता, तो उन्होंने मैं दे के भी आना वापस, तो आप अपनी उत्थों रेंज रोवर भी चकनी है। तो नैक्सट एपीसोड में भाई देखते हैं कोई वधिया जी घैंट जी प्लैन करके एक चीज़ लियांदी आ स्पैशल इंडिया तो मंगाई आप, तो वह भी तुहाडे लई लैके आवांगे नैक्सट एपीसोड में। तो आह एपीसोड जो वधिया लग्या तुहानू मेरे भाई लाइक जरूर करियो, तो मिलते हैं फिर आप अगले एपीसोड में, तो मैं कमेंट करके दस्सो भाई की हो सकती वो चीज़, बहुत वधिया चीज़ आ, तुहानू बहुत पसंद आऊगी, तो मिलते हैं फिर आप
अगले एपीसोड में भाई, रब रखा जी।